टूट नहीं रही। ऊपर से झटका मारू ना यार, तभी तो मेरे अंडा अटकाया, झटका यहाँ से देना पड़ेगा। उंडी लगा दी बंदे ने अंदर से। ऊपर से झटका लगेगा। हाँ लो खुलना चाहिए। ओहो डंडा अड़ा के रखो यार, तभी खुलेगा लोग भाई। ਨਹੀਂ ਨਹੀਂ ਸਰ, ਸਾਡੇ ਤੋਂ ਜਦ ਤੋਂ ਅਸੀਂ ਬਿਜ਼ਨਸ ਕਰਤਾ ਹੈ ਆਪਣਾ ਗੈਸਟ ਹਾਊਸ ਦਾ, ਬੰਬੇ ਕਲਕੱਤਾ ਮਹਾਰਾਸ਼ਟਰ ਚੰਡੀਗੜ੍ਹ ਯੂਨੀਵਰਸਿਟੀ ਦਾ ਵਰਕ ਜ਼ਿਆਦਾ ਸਾਡੇ ਕੋਲ, ਉੱਥੇ ਬੱਚੇ ਆਉਂਦੇ ਪੇਰੈਂਟਸ ਐਡਮਿਸ਼ਨਾਂ ਕਰਾਉਣ ਨਾ, ਅਤੇ ਸਾਡੇ ਕੋਲ ਤਾਂ 2-3-4 ਦਿਨ ਰੁਕਦੇ ਆ ਸਾਰੇ, ਅਤੇ ਕੁਛ ਬਾਹਰੋਂ ਆ ਜਾਂਦੇ ਨਾਈਟ ਸਟੇ ਕਰਨ ਲਈ, ਤਾਂ ਬਿਨਾਂ ਆਈ ਡੀ ਤੋਂ ਅਸੀਂ ਤਾਂ ਰੂਮ ਦਿੰਦੇ ਨਹੀਂ ਸਰ ਕਿਸੇ ਨੂੰ। ਕੋਈ ਕਹਿੰਦਾ 1,000 ਰੁਪਏ ਵੀ ਫਾਲਤੂ ਲੈ ਲਓ, 2,000 ਅਸੀਂ ਪੈਸੇ ਦਾ ਲਾਲਚ ਕਦੀ ਨਹੀਂ ਕੀਤਾ, ਬਿਨਾਂ ਆਈ ਡੀ ਤੋਂ ਬਿਨਾਂ ਘੱਟ ਏਜ ਤੋਂ ਰੂਮ ਨਹੀਂ ਦੇਈਦਾ ਅਸੀਂ ਕਦੀ, ਨਾ ਏਜ ਘੱਟ ਹੋਏ ਤਾਂ ਨਹੀਂ ਦੇਣਾ, ਜੇ ਏਜ ਪਲੱਸ ਹੈਗੀ ਹੈ 90+ ਉਹਨੂੰ ਆਪਾਂ ਰੂਮ ਦਿੰਦੇ ਹਾਂ, ਅਦਰਵਾਈਜ਼ ਤਾਂ ਦਿੰਦੇ ਨਹੀਂ ਰੂਮ ਬਿਨਾਂ ਆਈ ਡੀ ਔਰ ਏਜ ਘੱਟ ਤੋਂ। ਹਾਲਾਤ ਸਰ ਉਹੀ, ਹੁਣ ਆਪਾਂ ਤਾਂ ਆਈ ਡੀ ਆ ਸਭ ਦੀ ਸਹਿਨ ਫੋਰਮੈਲਿਟੀਆਂ, ਔਰ ਉਹ ਫਾਰਮ ਵੀ ਭਰਦੇ ਅਸੀਂ, ਦੂਜਾ ਇੱਕ ਫਾਰਮ ਹੈ ਸਾਡੇ ਕੋਲ ਕਿ ਤੁਸੀਂ ਬਈ ਕੋਈ ਵੀ ਚੀਜ਼ ਕਰਦੇ ਹੋ ਰੂਮ 'ਚ, ਕਿਆ ਲੈ ਕੇ ਆ ਰਹੇ ਹੋ, ਕੈਰੀ ਕਰ ਰਹੇ ਹੋ, ਕੁਛ ਕਰ ਰਹੇ ਹੋ, ਤਾਂ ਤੁਸੀਂ ਖੁਦ ਜ਼ਿੰਮੇਵਾਰ ਹੋ। ਹੁਣ ਜਿਹੜਾ ਉਹ ਕਸਟਮਰ ਸੀਗਾ, ਮੈਡਮ ਨੂੰ ਦੇਖਣਾ ਚਾਹੀਦਾ ਸੀਗਾ ਉਹਨਾਂ ਦੀ ਜਿਹੜੀ ਨਾਲ ਹੈਗੀ ਹੈ, ਕਿਉਂਕਿ ਸਾਡੀ ਉਹ ਕਹਿੰਦੇ ਜੀ ਮੇਰਾ ਬੁਆਏਫ੍ਰੈਂਡ ਹੈ ਔਰ ਇਨਕਾ ਬਰਥਡੇ ਥਾ, ਬਈ ਇਹ ਬਤਾਇਆ ਉਹਨਾਂ ਨੇ, ਅਤੇ ਉਸ ਚੱਕਰ 'ਚ ਫਿਰ ਆਪਾਂ ਵੀ ਤੁਹਾਨੂੰ ਪਤਾ ਇੰਟਰਫੇਅਰ ਨਹੀਂ ਕਰੀਦਾ ਨਾ ਸਰ ਕਿਸੇ ਦੇ ਰੂਮ 'ਚ ਰਾਤੀ, ਆਪਾਂ ਕੋਈ ਜਾਈਏ ਜਦ ਤੱਕ ਕੋਈ ਨੌਕ ਨਹੀਂ ਕਰੇਗਾ, ਕਾਲ ਨਹੀਂ ਕਰੇਗਾ ਕਿ ਕਿਆ ਦਿੱਕਤ ਹੈ ਤੁਹਾਨੂੰ, ਅਸੀਂ ਕਿੱਦਾਂ ਚੱਲ ਜਾਂਗੇ ਸਰ ਕਿਸੇ ਦੇ ਰੂਮ 'ਚ। ਫਿਰ ਉਹ ਸਵੇਰੇ ਆ ਕੇ ਦੱਸ ਰਹੀ ਹੈ ਮੈਨੂੰ, ਸਰਕਾਰਾਂ ਤਾਂ ਕਹਿ ਰਹੀਆਂ ਕਿ ਨਸ਼ਾ ਬਿਲਕੁਲ ਖਤਮ ਹੋ ਗਿਆ ਜੀ। ਕਿੱਥੇ ਸਰ ਨਸ਼ਾ, ਇੰਨਾ ਨਸ਼ੇ ਪੁੱਛੋ ਨਾ ਤੁਸੀਂ, ਮੈਂ ਤੁਹਾਨੂੂੰ ਰੀਅਲ ਦੱਸ ਰਿਹਾ, ਝੂਠ ਤਾਂ ਬੋਲਾਂਗਾ ਨਹੀਂ ਸਰ। ਆਪਣੇ ਉਹ ਜਿਹੜੇ ਗੈਸਟ ਹਾਊਸ ਹੈ, ਇੱਕ ਅੱਗੇ ਵੀ ਹੈ, 2-3 ਮੇਰੇ ਮਾਮੇ ਦੇ ਮੁੰਡੇ ਦੇ ਵੀ ਹੈ ਹੋਟਲ ਇੱਕ ਦੋ, ਉੱਥੇ ਵੀ ਸਰ ਇੱਕ ਪਹਿਲੇ ਕੇਸ ਇੱਦੀ ਹੋਏ ਸੀ, ਵਿਚਾਰਾ ਉਹ ਵੀ ਨਸ਼ੇ 'ਚ ਆਇਆ, 4 ਵਜੇ ਟੈਕਸੀ ਡਰਾਈਵਰ, 6 ਵਜੇ ਤੱਕ ਡੈੱਡ ਹੋ ਗਿਆ ਜੀ। ਫਿਰ ਉਹਨੂੰ ਹੋਸਪਿਟਲ ਛੱਡਿਆ ਉੱਧਰ ਨਾਲੇ ਮੇਰੇ ਸਾਲੇ ਨੇ, ਅਤੇ ਉਹ ਦੂਜਾ ਹੋਟਲ ਹੈ ਜਿਹੜਾ ਉਹਨਾਂ ਦਾ ਪੈਟਰੋਲ ਪੰਪ ਦੇ ਉੱਧਰ, ਅਤੇ ਉੱਧਰ ਵੀ ਇਹੀ ਕੇਸ ਹੋਇਆ ਸੀਗਾ, ਇੱਕ ਉਹਨਾਂ ਨੇ ਰੇਡ ਮਾਰੀ ਸੀਗੀ ਆਪਣਾ CI ਸਟਾਫ ਨੇ, ਤੇ ਪੁਲਿਸ ਵਾਲੀ ਉਹਨੇ ਵੈਰੀਫਿਕੇਸ਼ਨ ਕਰ ਗਈ, ਉਹ ਆਏ ਸੀਗੇ 12 ਵਜੇ ਸਰ, ਵੈਰੀਫਿਕੇਸ਼ਨ ਫੋਟੋ ਵਗੈਰਾ ਲੈ ਗਈ ਸਾਰੀ ਮੂਵੀ, ਉਹ ਬਾਥਰੂਮ ਦੀ ਜੋ ਵੀ ਉਹਨਾਂ ਨੂੰ ਮਿਲਿਆ ਸਬੂਤ ਜਾ, ਉਹ ਕਿਆ ਕਹਿੰਦੇ ਉਹਨੂੰ ਸਰ, ਉਹ ਟੀਕੇ ਦੇ ਅੱਗੇ ਜਿਹੜਾ ਹੁੰਦਾ ਉਹ ਮਿਲਿਆ ਉਹਨਾਂ ਨੂੰ, ਸਰਿੰਜ ਉਹਨਾਂ ਦੇ ਕੋਲ ਹੀ ਹੈ ਕੁੜੀ ਕੋਲ, ਉਹ ਦਿਖ ਰਿਹਾ ਹੈਗਾ ਨਸ਼ਾ ਕੀਤਾ ਹੋਇਆ ਬੰਦੇ ਨੇ। ਨਹੀਂ ਨਹੀਂ ਕਿਰਾਏ ਨਹੀਂ, ਜਿੱਦਾਂ ਆਪਣੇ ਸਰ ਚੰਡੀਗੜ੍ਹ ਯੂਨੀਵਰਸਿਟੀ ਜਿੱਦਾਂ ਖੁੱਲ੍ਹੀ ਜਦ ਤੋਂ 5-6-7 ਸਾਲ ਤੋਂ ਆਪਾਂ ਚਲਾ ਰਹੇ ਹਾਂ, ਅਤੇ ਉਹੀ ਬੱਚੇ ਸਟੂਡੈਂਟਸ ਵਗੈਰਾ ਆਉਂਦੇ ਹੈ, ਪੇਰੈਂਟਸ ਆਉਂਦੇ ਆ ਦੂਰੋਂ, ਅਤੇ ਉਸ ਹਿਸਾਬ ਨਾਲ ਗੈਸਟ ਹਾਊਸ ਰੱਖਿਆ ਹੋਇਆ ਸੀ, ਨਾਈਟ ਸਟੇ ਰਹਿੰਦਾ ਕੋਈ ਸਵੇਰੇ ਚੱਲ ਜਾਂਦੇ ਹੈ, ਦੇ ਆਉਂਦਾ ਕੋਈ ਰਾਤੀ ਚੱਲ ਜਾਂਦੇ ਹੈ। ਹਾਂ ਉਹ ਰਜਿਸਟਰ ਕਰਾਇਆ ਹੋਇਆ ਸਰ। ਮੁੰਡੇ ਦੋਨੋਂ ਆਏ ਸੀਗੇ, ਤੇ ਆਪਾਂ ਲਿਖਦੇ ਹਾਂ ਕਹਿੰਦੇ ਜੀ ਅਸੀਂ ਤਾਂ ਇੱਥੇ, ਮੈਂ ਕਿਸ ਪਰਪਸ ਲਈ, ਕਹਿੰਦੇ ਜੀ ਆਪਾਂ ਤਾਂ ਬਰਥਡੇ ਮਨਾਉਣਾ, ਮੁੰਡੇ ਦਾ ਬਰਥਡੇ ਹੈ,
ਤੇ ਆਪਾਂ ਤਾਂ ਫਤਿਹਗੜ੍ਹ ਜਾਣਾ ਹੈਗਾ ਇਹਨਾਂ ਨੇ, ਫਿਰ ਸਵੇਰੇ ਡਿਊਟੀ ਕਰਨੀ ਹੁੰਦੀ ਅਤੇ ਇੱਥੇ ਹੀ ਰਹਿਣਾ ਪੈਣਾ ਸਾਨੂੰ, ਅਤੇ ਫਤਿਹਗੜ੍ਹ ਨਹੀਂ ਜਾ ਸਕਦੇ ਅਸੀਂ। ਅਤੇ ਉਹਨਾਂ ਨੇ ਫਿਰ ਸਟੇਅ ਕਰਨੀ, ਕਹਿੰਦੇ ਸਵੇਰੇ ਜਾਏਂਗੇ, ਅਤੇ ਉਸ ਤੋਂ ਬਾਅਦ ਰਾਤੀ ਪਏ ਹੋਣੇ ਉੱਪਰ ਇਹ, ਅਤੇ ਜਦ ਮੈਡਮ ਨੇ ਉੱਥੇ ਦਰਵਾਜ਼ਾ ਸਵੇਰੇ ਮੈਨੂੰ ਕਹਿੰਦੀ ਕਿ ਸਾਨੂੰ ਦਰਵਾਜ਼ਾ ਨਹੀਂ ਖੁੱਲ ਰਿਹਾ ਉਹਨਾਂ ਦਾ, ਅਤੇ ਅਸੀਂ ਫਿਰ ਕੀ ਕਰਨਾ ਸੀ ਸਰ, ਜਦ ਦਰਵਾਜ਼ਾ ਖੁੱਲ੍ਹਿਆ ਨਹੀਂ, ਫਿਰ 5 ਵਜੇ ਅਸੀਂ ਦਰਵਾਜ਼ਾ ਤੋੜਿਆ ਭੰਨਿਆ, ਵੀਡੀਓ ਬਣਾਈ ਹੋਈ ਸਾਰੀ। ਫਿਰ ਦੇਖਿਆ ਜਦ ਅਸੀਂ ਬੰਦਾ ਉੱਥੇ ਸਰ ਪੂਰਾ ਗਿਰਿਆ ਹੋਇਆ ਸੀਗਾ ਹਾਫ ਕੱਚੇ 'ਚ, ਮਤਲਬ ਅੱਧਾ ਨਗਰ ਸੀਗਾ। ਅਤੇ ਫਿਰ ਜਦ ਆਪਾਂ ਵੀਡੀਓ ਦੇਖਿਆ, ਉਹਨੇ ਇੰਜੈਕਸ਼ਨ ਲਾਇਆ ਹੋਇਆ ਸੀ ਸਰ, ਬਾਥਰੂਮ ਕੁੰਡੀ ਲਾ ਕੇ ਉਹਨੇ ਇੰਜੈਕਸ਼ਨ ਲਾਇਆ ਹੋਣਾ ਰਾਤੀ। ਅਤੇ ਮੈਡਮ ਨੂੰ ਮੈਂ ਪੁੱਛਿਆ, ਮੈਡਮ ਜੀ ਆਪਕੋ ਪਤਾ ਨਹੀਂ ਆਪਕੇ ਜੋ ਹੈ ਕਿ ਐਸੇ ਕਰਤੇ ਨਸ਼ਾ ਕਰਤੀ ਕਭੀ ਕੰਮ ਉਹਨੇ ਦੇਖੇ ਨਹੀਂ, ਨਾ ਕਰਾਏ ਨਹੀਂ ਉਹਨੇ ਕਿਤੇ ਸਰ, ਕਭੀ ਸਿਰਫ ਡਰਿੰਕ ਕਰਤੇ ਥੇ ਯੇ, ਤੋ ਡਰਿੰਕ ਮੈਂ ਉਹ ਦੇਖਾ ਮੈਨੇ ਕਿ ਡਰਿੰਕ ਕਰੀ ਹੋਈ ਇਸਨੇ ਆਜ, ਤੋ ਬਾਥਰੂਮ ਮੈਂ ਹੋਗਾ ਉਹ ਖਰਾਟੇ ਮਾਰ ਰਿਹਾ ਕਹਿੰਦੀ ਸੋ ਰਿਹਾ ਹੈ। ਤੋ ਮੈਂ ਕਿਹਾ ਮੈਡਮ ਫਿਰ ਕੋਈ ਪ੍ਰੋਬਲਮ ਆਪਕੋ ਬਤਾ ਦਿਓ ਮੇਰੇ ਕੋ, ਕਹਿੰਦੀ ਕੋਈ ਨਹੀਂ ਮੈਂ 1 ਘੰਟੇ 1.5 ਘੰਟੇ ਮੈਂ ਆ ਜਾਂਦੇ ਹੈ, ਨਹੀਂ ਆਏਗੇ ਤੋ ਹਮ ਆਪਕੋ ਇਨਫੋਰਮ ਕਰਤੇ ਹੈ। ਫਿਰ ਉਹ ਮੈਡਮ ਉਹ ਆਈ ਨਹੀਂ, ਨਾ ਉਹਦਾ ਮੈਡਮ ਦਾ ਫੋਨ ਆਇਆ ਉੱਪਰੋਂ ਕੋਈ, ਫਿਰ ਨਹੀਂ ਸੀ। ਜਦੋਂ ਮੁੰਡਾ ਕੁੜੀ ਉਰੇ ਆਏ ਤੇ ਤੁਸੀਂ ਇਹਨਾਂ ਦਾ ਆਧਾਰ ਕਾਰਡ ਲਿੱਤਾ ਜੀ? ਹਾਂ ਆਧਾਰ ਕਾਰਡ ਹੈਗਾ ਸਰ, ਸਾਈਨ ਕਰੇ ਦੋਨੋਂ ਨੇ ਸਾਈਨ ਕੀਤੇ, ਪੂਰੇ ਡਾਕੂਮੈਂਟ ਲਏ, ਪੂਰੇ ਓਕੇ ਡਾਕੂਮੈਂਟ ਟੋਟਲੀ ਓਕੇ ਲਿੱਤੇ। ਕੋਈ ਵੀ ਆਤਾ ਨਾ ਸਰ, ਹਮਾਰੇ ਤੋਂ ਲਗਾ ਲਓ ਕੋਲਕਾਤਾ, ਬੰਗਾਲ, ਬੜੀ ਦੂਰ ਦੂਰ ਸੇ ਆਤੇ ਕਸਟਮਰ ਹਮਾਰੇ ਪਾਸ, ਦਿੱਲੀ ਸੇ ਵੀ, ਬੰਬੇ ਸੇ ਵੀ। ਕਿਤਨੀ ਦੇਰ ਹੋ ਗਈ ਆਪਕੋ ਯਹਾਂ ਪਰ? ਇਹ ਹੋ ਗਏ ਸਰ ਆਪਣੇ ਮੰਨ ਲਓ ਸੀ 6 ਇਅਰ ਸਮਥਿੰਗ ਹੋ ਹੀ ਗਏ ਸਰ, 6 ਸਾਲ। ਹਾਂਜੀ ਹਾਂਜੀ। ਤੇ ਲਾਇਸੈਂਸ ਹੈਗਾ ਉਹ ਲਿੱਤਾ? ਹਾਂਜੀ ਸਰ, ਗਵਰਨਮੈਂਟ ਤੋਂ ਉਹ ਆਪਣਾ ਉਧਰੋਂ ਕਰਾਇਆ ਜੀ। ਹਾਂਜੀ ਗਵਰਨਮੈਂਟ ਤੋਂ। ਸਾਡੇ ਕੋਲ ਜੀ ਇੱਕ ਇਨਫੋਰਮੇਸ਼ਨ ਆਈ ਸੀ ਕੱਲ ਰਾਤ ਕੋ, ਇਕਵਿੰਦਰ ਸਿੰਘ ਪੁੱਤਰ ਲੇਟ ਸ੍ਰੀ ਸੁਖਦੇਵ ਸਿੰਘ ਵਾਸੀ ਇਹ ਹੈਗੇ ਬਸੀ ਪਠਾਣਾ ਦਾ, ਇਹਦੀ ਡੈੱਡ ਬੋਡੀ ਜਿਹੜੀ ਇੱਥੇ ਸਿਵਲ ਹੋਸਪਿਟਲ 'ਚ ਆਈ ਸੀਗੀ ਉੱਥੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ, ਜਿਹਦੇ ਸੰਬੰਧੀ ਅੱਜ ਅਸੀਂ ਉਹਨਾਂ ਦੇ ਭਰਾ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਉੱਤੇ ਕਾਰਵਾਈ ਕਰਦੇ ਹੋਏ ਅਸੀਂ ਉਹਨਾਂ ਦਾ ਪੋਸਟਮਾਰਟਮ ਕਰਵਾ ਰਹੇ ਹਾਂ ਜੀ। ਇੱਕ ਤਾਂ ਅਜੰਤਾ ਹੋਟਲ ਦੇ ਵਿੱਚ ਰਾਤ ਰੁਕੇ ਸੀਗੇ, ਉੱਥੋਂ ਕਿੰਨਾ ਕਾਰਨ ਕਰਕੇ ਦੀ ਡੈਥ ਹੋਈ ਹੈ, ਇਹਦੇ ਸੰਬੰਧੀ ਅਸੀਂ ਪੋਸਟਮਾਰਟਮ ਕਰਾਉਣ ਅੱਗੇ ਕਾਰਵਾਈ ਕਰਦੇ ਹਾਂ। ਲੜਕੀ ਦਾ ਪਤਾ ਚੱਲਿਆ ਜਿਹੜੀ? ਨਹੀਂ, ਅਸੀਂ ਲੜਕੀ ਬਾਰੇ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ, ਸਾਨੂੰ ਤਾਂ ਪਰਿਵਾਰ ਨੇ ਇਨਫੋਰਮੇਸ਼ਨ ਦਿੱਤੀ ਹੈ, ਰੁੱਕਾ ਸਾਨੂੰ ਹੋਸਪਿਟਲ ਤੋਂ ਆਇਆ। ਲੜਕੀ ਲੜਕੀ ਬਾਰੇ ਜੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਜਾਪਦਾ ਫਿਰ ਅਸੀਂ ਲੜਕੀ ਨਾਲ ਕੰਟੈਕਟ ਕਰਦੇ ਹਾਂ। ਕੀ ਕਾਰਵਾਈ ਕਰ ਰਹੇ ਹੋ? 174 ਦੀ ਕਾਰਵਾਈ ਕਰਾਵਾਂਗੇ ਸਰ। ਹੋਟਲਾਂ ਜਿਹੜੇ ਹੋਟਲ ਜਗ੍ਹਾ ਜਗ੍ਹਾ ਹੋਟਲ ਬੰਨੇ ਹੋਏ ਆ, ਇਹਨਾਂ ਦੀ ਆਪਾਂ ਵੈਰੀਫਿਕੇਸ਼ਨ ਕਰਦੇ ਹਾਂ ਟਾਈਮ ਟਾਈਮ ਤੇ ਕਰਦੇ ਹਾਂ। ਹੋਟਲ ਦੀ ਵੈਰੀਫਿਕੇਸ਼ਨ ਕਿਸ ਤਰ੍ਹਾਂ ਜੀ? ਜਿੰਨੇ ਵੀ ਹੋਟਲ ਜਿਹੜੇ ਬੰਨੇ ਹੋਏ ਆ, ਜਿਵੇਂ ਕੰਮ ਚੱਲਦਾ ਮੁੰਡੇ ਕੁੜੀਆਂ ਇਕੱਠੇ ਰਹਿੰਦੇ, ਉਹਨਾਂ ਦਾ ਵੀ ਆਧਾਰ ਕਾਰਡ ਵਗੈਰਾ ਲੈਣੇ ਆ ਜਾਂ ਨਹੀਂ ਲੈਣੇ? ਬਿਲਕੁਲ ਜੀ, ਉਹ ਹੋਟਲ ਵਾਲਿਆਂ ਨੇ ਜਿਹੜੇ ਆਪਦਾ ਰਿਕਾਰਡ ਪੂਰਾ ਕਰਕੇ ਰੱਖਣ ਹੁੰਦਾ, ਜਾਨੂੰ ਜਦੋਂ ਸਾਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਅਸੀਂ ਉਹ ਰਿਕਾਰਡ ਲੈ ਲੈਂਦੇ ਹਾਂ ਜੀ। ਉਹ ਹੋਟਲ ਵਾਲੇ ਨੇ ਆਪਦਾ ਰਿਕਾਰਡ ਪੂਰਾ ਕਰਕੇ ਰੱਖਣਾ ਹੁੰਦਾ ਜੀ, ਉਹਨਾਂ ਨੂੰ ਹਦਾਇਤਾਂ ਸਮੇਂ ਸਮੇਂ ਸਿਰ ਜਾਰੀ ਹੁੰਦੀਆਂ ਨੇ ਜੀ। ਅਗਰ ਇਸ ਹੋਟਲ ਮਾ ਕੋਈ ਕਮੀ ਪਾਈ ਜਾਂਦੀ ਹੈ ਜੀ, ਫਿਰ ਉੱਤੇ ਕੀ ਕਾਰਵਾਈ? ਦੇਖਾਂਗੇ ਜੀ, ਪਹਿਲਾਂ ਦੇਖ ਤਾਂ ਲਈਏ ਕੀ ਕਮੀ ਹੈ, ਫਿਰ ਹੀ ਦੱਸਾਂਗੇ। ਉਹ ਜਿਹੜਾ ਹੁਣ ਬਹੁਤਾ ਚਿੱਟਾ ਚੱਲ ਪਿਆ, ਟਿਕਟ ਉਪੇ ਲਾਈ ਜਾਂਦੇ ਕੁੜੀ, ਉਹ ਲਾ ਕੇ ਉਹ ਲੋਜਾ ਮਰ ਗਏ। ਮਸਲਾ